ਆ ਜਾਣਗੇ ਇਹ ਪਾਣਾ ਕਦੋਂ ਵਾਪਰੇ ਦੀ ਕਹਿਣ ਵਾਲੀ ਗੱਲ ਆ ਬਈ ਸਤਿਗੁਰ ਜੀ ਮਾਣ ਵਾਲੀ ਗੱਲ ਹੈ ਕੁੜੀ ਤੁਹਾਡੀ ਕੁੜੀ ਸੱਚ ਸੋਰੀ ਵਾਈਫ ਤੁਹਾਡੀ ਬਹੁਤ ਜਾਣੀ ਹੈ ਕੋਈ ਲੜਾਈ ਲੜੂਈ ਹੋਈ ਹੈ ਹੁਣ ਤੱਕ ਜੀ ਨਹੀਂ ਇੱਕ ਦੁਆਰੀ ਹੋ ਗਏ ਜੇ ਉਹਨਾਂ ਲਈ ਕੋਈ ਦੋ ਸ਼ਬਦ ਤੁਸੀਂ ਨੇ ਕਹਿਣੇ ਵੀ ਯਾਰ ਸਤਿਗੁਰ ਜੀ ਬਸ ਸਤਿਗੁਰ ਜੀ ਵਾਹਿਗੁਰੂ ਜੀ ਵਾਹਿਗੁਰੂ ਕੱਪੜੇ ਧੋ ਦੇ ਮੈਂ ਵਗ ਜੂੰ ਮਰ ਜੂੰ ਮੈਂ ਐਂ ਨਹੀਂ ਕਰਦੀ ਐਂ ਤਾਂ ਇਡੀਆ ਟਿੱਡੀ ਕਰਕੇ ਦਿਖਦੀ ਐਂ ਕਰ ਕਰਕੇ ਐਮਰਜੈਂਸੀ ਵਰਤ ਸਕਦੇ ਹਾਂ ਅੱਛਾ ਐਮਰਜੈਂਸੀ ਵਰਤ ਸਕਦੇ ਹੋ ਸੋ ਇੱਦਾਂ ਦੇ ਪ੍ਰਿੰਸੀਪਲ ਦੀ ਮੈਨੂੰ ਲੱਗਦਾ ਸਾਨੂੰ ਲੋੜ ਹੈ ਸਹਿਮ ਜੇ ਕਿਵੇਂ ਗਈ ਚਲੋ ਅੰਦਰੋਂ ਪਹਿਲਾਂ ਤਾਂ ਮੈਨੂੰ ਸਾਰੀਆਂ ਨੂੰ ਉੱਡੀ ਅਗਾ ਦੂੰ ਕਬੀਲਦਾਰ ਜੀ ਨੇ ਕਬੀਲਦਾਰ ਗੱਲ ਕਰਦੇ ਭਾਈ ਉਹ ਪੜ੍ਹ ਲਿਆ ਕਰੋ ਤਾਂ ਕੁੜੀ ਬਾਹਲੀ ਦੇਸ਼ ਭਗਤ ਨੀ ਤਾਂ ਬਾਹਲੀ ਹੁਸ਼ਿਆਰ ਹੈ ਉਹ ਕਿਹੜੀ ਹੈ ਦੋ ਮਿੰਟਾਂ ਵਾਸਤੇ ਪੂਰਾ ਤਕੜਾ ਭਾਸ਼ਣ ਦੇਣਾ ਵੀ ਐਂ ਲੱਗੇ ਵੀ ਅੱਖਾਂ ਚ ਰੋਣ ਕੱਢਦੇ ਕੁੜੀਆਂ ਦੇ ਵੀ ਕਿਆ ਬਾਤ ਆ ਯਾਰ ਇਹ ਤਾਂ ਦੇਵੀ ਮਾਤਾ ਮੈਂ ਕੀ ਦੱਸ ਖੱਟਿਆ ਉਹ ਦੱਸ ਬਹੁਤ ਕੁਛ ਖੱਟਿਆ ਉਹ ਚੀਜ਼ਾਂ ਦੋ ਦੱਸ ਵੀ ਖੁਦ ਕਹਿੰਦੇ ਨੇ ਅਸੀਂ ਕਰਾਉਣਾ ਕਿਹਦੇ ਨਾਲ ਓਬਵੀਅਸਲੀ ਮਤਲਬ ਕਿ ਵੀ ਮੇਲ ਨਾਲ ਹੀ ਕਰਾਉਣਗੇ ਸਾਰੇ ਮੇਲ ਨਾਲ ਕਹਿੰਦੇ ਤੁਸੀਂ ਸ਼ਾਰਟਾ ਲੈ ਕੇ ਆਇਆ ਮਨਾਈ ਮਤਲਬ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੂਡੈਂਟ ਮਹਿਕਮਾ ਚੈਨਲ ਦੇਖ ਰਹੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਅਤੇ ਅੱਜ ਅਸੀਂ ਫਿਰ ਰੌਣਕਾਂ ਲਾਵਾਂਗੇ ਸਰਕਾਰੀ ਰਣਵੀਰ ਕੌਰ ਸੰਗਰੂਰ ਅਤੇ ਫਿਰ ਕਰਦੇ ਹਾਂ ਅੱਜ ਮੁੰਡੇ ਕੁੜੀ ਨਾਲ ਗੱਲਾਂ ਬਾਤਾਂ ਰਵਿੰਦਰ ਸਿੰਘ ਗੁਰਲਾਲ ਖਾਨ ਗੁਰਪ੍ਰੀਤ ਕੌਰ ਖੁਸ਼ਪ੍ਰੀਤ ਕੌਰ ਰਾਣੀ ਲਵਜੀਤ ਕੌਰ ਕਿਹਦੀ ਰਾਣੀ ਆਦੀ ਰਾਣੀ ਡਿਪਾਰਟਮੈਂਟ ਕਿਹੜਾ ਵੈਸੇ ਆਪਣਾ ਬੀ ਏ ਫਸਟ ਈਅਰ ਸਾਰਿਆਂ ਦਾ ਸੇਮ ਬੀ ਏ ਫਸਟ ਈਅਰ ਠੀਕ ਹੈ ਅਤੇ ਜਿਹੜੇ ਸਵਾਰ ਨੇ ਤੁਹਾਨੂੰ ਪਤਾ ਪੇਪਰ ਦੇਖੋ ਔਨਲਾਈਨ ਹੈ ਨਾ ਕਿਵੇਂ ਦੇਖਦੇ ਹੋ ਔਫਲਾਈਨ ਨੇ ਮੈਨੂੰ ਔਨਲਾਈਨ ਦਾ ਸੁਭਾਅ ਪੈਦਾ ਕਰਨਾ ਨਾ ਕੋਈ ਗੱਲ ਨਹੀਂ ਜਿਹੜੇ ਔਫਲਾਈਨ ਪੇਪਰ ਹੋ ਰਹੇ ਆ ਤੁਹਾਨੂੰ ਕੀ ਲੱਗਦਾ ਵੀ ਇਸ ਵਾਰ ਪਾਸ ਪੂਸ ਹੋ ਜਾਓਗੇ ਜਾਂ ਨਹੀਂ ਵਧੀਆ ਪਾਸ ਹੋਵਾਂਗੇ ਜੀ ਵਧੀਆ ਨੰਬਰ ਆ ਜਾਣਗੇ ਵਧੀਆ ਪਾਸ ਹੋ ਜਾਵਾਂਗੇ ਵਧੀਆ ਪਾਸ ਹੋ ਜਾਵੇਗੀ ਹਜੇ ਵੀ ਦੇਖ ਲੈ ਹੋ ਜਾਵਾਂਗੇ ਵੀਰੇ ਕੋਈ ਚੱਕਰ ਪੂਰਾ ਹੋ ਜਾਵਾਂਗੇ ਪੂਰਾ ਚੱਕਰ ਜੀ ਘਟਿਆ ਤੇ ਬਾਈ ਜੇ ਗੱਲਬਾਤ ਕਰੀਏ ਤੁਹਾਡੇ ਨਾਲ ਜੇ ਮੰਨ ਕੇ ਚਲੋ ਤੁਹਾਡੇ ਗਰੁੱਪ ਚੋਂ ਸਾਊਥ ਤੋਂ ਜੇ ਆਪਾਂ ਕਦੇ ਵੀ ਹੁਸ਼ਿਆਰ ਆ ਵੀ ਆਖਣ ਵੀ ਆਹ ਤਾਂ ਕੁੜੀ ਬਾਹਲੀ ਦੇਸ਼ ਭਗਤ ਨੇ ਤਾਂ ਬਾਹਲੀ ਹੁਸ਼ਿਆਰ ਹੈ ਉਹ ਕਿਹੜੀ ਹੈ ਗੁਰੀ ਦੀਦੀ ਗੁਰੀ ਦੀਦੀ ਤੁਸੀਂ ਹੁਸ਼ਿਆਰ ਹੋ ਮੰਨਦੇ ਆ ਸਾਰੇ ਤੂੰ ਮੰਨਦੇ ਵੀ ਹਾਂ ਵੀ ਯਾਰ ਮੈਂ ਸੱਚੀ ਵਿੱਚ ਹੁਸ਼ਿਆਰ ਤਾਂ ਹੈਗੀ ਇਹ ਤਾਂ ਗੱਲ ਹੈਗੀ ਹਾਂ ਇੱਜ਼ਤ ਕਰਦੇ ਆ ਤਾਂ ਮਤਲਬ ਕਿ ਉਨੀ ਇਹਨਾਂ ਨੂੰ ਰਿਸਪੋਂਸ ਵੀ ਦੇਣਾ ਪੈਂਦਾ ਫਿਰ ਉਹਨਾਂ ਕੋ ਪੇਪਰਾਂ ਵੇਲੇ ਡੰਗ ਸਾਰਦੇ ਇਹਨਾਂ ਦਾ ਵੀ ਹਾਂ ਜਿਹੜੇ ਨਾਲ ਉਹਨਾਂ ਤੋਂ ਸਾਰਦੀਆਂ ਇਹਨਾਂ 'ਚ ਕੋਈ ਕੁੜੀਆਂ ਤਾਂ ਨਹੀਂ ਟਿੱਡੀ ਕਰਕੇ ਦਿਖਦੀ ਐਂ ਕਰਕੇ ਪੰਜਾਬੀ ਸੌਂਗ ਕਿਸੇ ਨੂੰ ਵੀ ਹਿੰਦੀ ਚ ਕਨਵਰਟ ਕਰਕੇ ਗਾਓ ਨਹੀਂ ਏਦਾਂ ਨਹੀਂ ਕੋਈ ਵੀ ਸੌਂਗ ਸਿੰਪਲ ਆ ਕੋਈ ਵੀ ਜਿਹੜਾ ਤੁਹਾਨੂੰ ਸਹੀ ਲੱਗਦਾ ਨਹੀਂ ਕੋਈ ਆਉਂਦਾ ਨਹੀਂ ਸਭ 'ਚ ਅਤੇ ਹੋਰ ਤੁਹਾਡੇ ਜੇ ਤੁਸੀਂ ਤੁਹਾਡੇ ਗਰੁੱਪ ਦੀ ਖਾਸ ਗੱਲ ਕੀ ਹੈ ਖਾਸ ਗੱਲ ਇਹ ਹੈ ਕਿ ਸਾਰੇ ਇਕੱਠੇ ਰਹਿੰਦੇ ਆ ਵਧੀਆ ਮਤਲਬ ਕਿ ਜੇ ਕੋਈ ਨਾਰਾਜ਼ ਵੀ ਹੋ ਜਾਏ ਤਾਂ ਸਾਰੇ ਇਕੱਠੇ ਹੋਈ ਮਿਲਾਉਂਦੇ ਆ ਮਤਲਬ ਮਿਲਾਉਂਦੇ ਨੇ ਵੀ ਯਾਰ ਨਾ ਮੰਨ ਜਾ ਉਹ 10 ਰੁਪਏ ਪਾ ਦੇਵੇ ਪਾਰਟੀ ਕਰ ਲਾਂਗੇ ਹਾਂਜੀ ਵੀ ਰਹਿਣੇ
ਅਸੀਂ ਹੈ ਨਾ ਫਿਰ ਵੀ ਅਸੀਂ ਇਕੱਠੇ ਰਹਿਣਾ ਇੱਕ ਦੂਜੇ ਨਾਲ ਵਧੀਆ ਸਾਡੀ ਯੂਨਿਟੀ ਆ ਸਾਰਿਆਂ ਦੀ ਵਧੀਆ ਗੀ ਤੁਹਾਡੇ ਗਰੁੱਪ ਸਭ ਤੋਂ ਵੱਧ ਗੁੱਸੇਖੋਰ ਕਿਹੜਾ ਵੀ ਯਾਰ ਆਹ ਤਾਂ ਬੰਦਾ ਪਾਲਾ ਇਹ ਸਾਰੀ ਜਿੰਦਾ ਆਹੀ ਮਾਹਿਰ ਹੈ ਦੇਖ ਕੇ ਸਭ ਤੋਂ ਵੱਧ ਇਹ ਕਰਦੀ ਹੈ ਤੇਰਾ ਨਾਂ ਬੜਾ ਚੱਲਦਾ ਗਰੁੱਪ 'ਚ ਕੀ ਚੱਕਰ ਹੈ गापी मार दो भी साडे पिंड तां हवाई जहाज भी नहीं की करिए ऐ लगदे ने मेरे सिर उपर दी नहीं नहीं गप तां नहीं मारदे हैगी कोई भी पिंड दी खास गल होवे मतलब कि जो कोई पिंड ते मतलब कि मुसीबत है जो कुछ भी है सारे इकट्ठे होके मतलब कि उहदा मुकाबला करदे ने की हाँ जी ते जे थोड़े ग्रुप दा मतलब सारा एका पूरा है इस बार पेपर भी देखो मैं फिर कह रहा भी ऑफलाइन ने हाजी भी देख लो जे कोई गल तुसी ने कहनी होवे भी यार जे पेपर ऑनलाइन हो तां चंगी गल है कर लियो पता लग जूगा मोस्टली सारा दे 70 तो उपर तां आणगे 70% तो उपर 70 तो उपर तां आणगे ते थोड़े जो कोई मैरिज वाला तां नहीं है भी जिहदी मैरिज होई होवे हां 70 वाले दी मैरिज होई है ਇਹਦੇ ਨਾਲ ਕਰੀ ਗੱਲਬਾਤ ਇਹਨਾਂ ਦੇ 90 ਤੋਂ ਬਾਬਾ ਆ ਜਾਣਗੇ 90 ਤੋਂ ਬਾਬਾ ਆ ਜਾਣਗੇ ਇਹ ਪਾਣਾ ਕਦੋਂ ਵਾਪਰੇ ਦੀ ਪਾਣਾ ਨਹੀਂ ਹੈ ਮਤਲਬ ਜੋ ਵੀ ਮਤਲਬ ਖੁਸ਼ੀ ਖੁਸ਼ੀ ਹੋਇਆ ਨਾ ਵੀ ਮਤਲਬ ਕਦੋਂ ਮਤਲਬ ਤੁਹਾਡੀ ਮੈਰਿਜ ਹੋਈ ਫਰਵਰੀ ਚ ਸਰਦਾਰ ਜੀ ਦਾ ਨਾਮ ਕੀ ਹੈ ਸਤਗੁਰ ਸਿੰਘ ਤੇ ਸਤਗੁਰ ਸਿੰਘ ਦੀ ਕੋਈ ਇਦਾਂ ਦੀ ਕੋਈ ਖਾਸ ਗੱਲ ਦੱਸੋ ਜਿਹੜੀ ਤੁਹਾਨੂੰ ਵਧੀਆ ਲੱਗਦੀ ਵੀ ਯਾਰ ਆਹ ਪੱਖੋ ਤਾਂ ਚੰਦਰੇ ਵਾਲੇ ਘੈਂਟ ਨੇ ਸਾਰੀ ਮੋਸਟਲੀ ਮਤਲਬ ਕਿ ਵੀ ਜਿਹੜੀ ਵੀ ਕੋਈ ਗੱਲ ਹੁੰਦੀ ਹੈ ਉਹਨੂੰ ਬਹੁਤ ਜ਼ਿਆਦਾ ਡੀਪਲੀ ਨਾਲ ਸੋਚ ਲੈਣੇ ਤੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਵੀ ਹਨਾ ਜਿਹਨੂੰ ਲੈ ਕੇ ਵੀ ਉਹ ਨੈਗੇਟਿਵ ਹਰੇਕ ਪਾਸੇ ਮੇਰਾ ਸਾਥ ਦਿੰਦੇ ਨੇ ਸਾਰੇ ਗੱਲ ਪਾਸੇ ਖੁੱਲ੍ਹਾ ਗਈ ਮੈਨੂੰ ਕੋਈ ਵੀ ਚੀਜ਼ ਦੇ ਇੱਦਾਂ ਨਹੀਂ ਮੈਨੂੰ ਫੀਲ ਨਹੀਂ ਹੁੰਦਾ ਵੀ ਮੇਰੀ ਮੈਰਿਜ ਹੋਈ ਆ ਸਾਰਿਆਂ ਦੇ ਵਾਂਗੂ ਮਤਲਬ ਕਿ ਜਿਵੇਂ ਇਹ ਇੰਜੋਏ ਕਰਦੇ ਨੇ ਲਾਈਫ ਉਹ ਵੀ ਮੈਂ ਕਰਦੀ ਹਾਂ ਕੋਈ ਵੀ ਕੁਛ ਵੀ ਪਾਉਣ ਦੀ ਕਿਤੇ ਵੀ ਜਾਣ ਦੀ ਸਾਰੀ ਚੀਜ਼ ਦੀ ਖੁੱਲ੍ਹ ਹੈਗੀ ਆ ਕੋਈ ਲੜਾਈ ਲੜੂਈ ਹੋਈ ਆ ਹੁਣ ਤੱਕ ਜੀ ਨਹੀਂ ਇੱਕ ਦੋ ਵਾਰੀ ਹੋ ਬੈਂਕ ਤਾਂ ਮਾੜਾ ਨੂੰ ਵੀ ਨਹੀਂ ਹਾਲੇ ਤੱਕ ਤਾਂ ਨਹੀਂ ਹੋਇਆ ਮਤਲਬ ਨਾਰਮਲ ਹੈ ਵਧੀਆ ਸਿਆ ਹੋ ਤੇ ਜੇ ਉਹਨਾਂ ਲਈ ਕੋਈ ਦੋ ਸ਼ਬਦ ਤੁਸੀਂ ਨੇ ਕਹਿਣੇ ਨੇ ਵੀ ਯਾਰ ਸਤਿਗੁਰ ਜੀ ਬਸ ਸਤਿਗੁਰ ਜੀ ਵਾਹਿਗੁਰੂ ਜੀ ਵਾਹਿਗੁਰੂ ਤੇ ਤੁਹਾਡੇ ਨਾਲ ਭਾਅ ਜੀ ਦੇਖੀ ਹੈ ਨਾ ਆਪਾਂ ਕਹਿੰਦੇ ਮੁੰਡੇ ਦੀ ਵੀ ਤੁਹਾਡੇ ਅਕੋਰਡਿੰਗ ਤਿਆਰ ਹੋਣ 'ਚ ਟਾਈਮ ਵੱਧ ਕੌਣ ਲਾਉਂਦਾ ਹੈ ਮੁੰਡੇ ਲਾਉਂਦੇ ਨੇ ਜਾਂ ਕੁੜੀਆਂ ਲਾਉਂਦੀਆਂ ਨਹੀਂ ਸਭ ਇੱਕੋ ਜਿਹੇ ਨੇ ਮੈਨੂੰ ਤਾਂ ਲੱਗਦਾ ਤੁਹਾਡੇ ਅਕੋਰਡਿੰਗ ਭਾਅ ਜੀ ਮੁੰਡੇ ਵੱਧ ਟਾਈਮ ਲਾਉਂਦੇ ਨੇ ਜਾਂ ਕੁੜੀਆਂ ਜਿੱਦਾਂ ਯਾਰ ਮੇਰਾ ਹਿਸਾਬ ਲਾਉਂ ਮੈਂ ਤਾਂ ਬਹੁਤ ਟਾਈਮ ਲਾ ਦਿੰਦਾ ਮੈਂ ਅੱਧਾ ਘੰਟਾ ਮਤਲਬ ਨਾ ਸ਼ੀਸ਼ੇ ਮੂਹਰੇ ਵਾਲ ਹੀ ਨਹੀਂ ਸੈੱਟ ਆਉਂਦੇ ਯਾਰ ਡਰਾਇਰ ਅਤੇ ਡਰਾਇਰ ਮਤਲਬ ਇੱਕ ਵਾਲ ਵੀ ਖਿੰਡ ਜਾਂਦਾ ਦੁਬਾਰਾ ਸਪਰੇ ਮਾਰਨੀ ਪੈ ਜਾਂਦੀ ਆ ਔਰ ਆਹ ਦੇ ਲਾਉਣਾ ਆਉਂਦੇ ਹੁੰਦੇ ਸਾਰੇ ਖਿੰਡ ਜਾਂਦੇ ਨੇ ਫਿਰ ਉਹ ਹਾਲ ਹੋ ਜਾਂਦਾ ਅਤੇ ਭਾਈ ਤੁਹਾਡੇ ਅਕੋਰਡਿੰਗ ਦੇਖੀਏ ਤਿਆਰ ਹੋਣ 'ਚ ਸਭ ਤੋਂ ਵੱਧ ਟਾਈਮ ਕੌਣ ਲਾਉਂਦਾ ਮੈਂ ਤਾਂ ਟਾਈਮ ਲਾਉਂਦਾ ਬਈ ਇਹਨਾਂ ਦਾ ਤਾਂ ਪਤਾ ਨਹੀਂ ਕੁੜੀਆਂ ਦਾ ਗੱਲ ਕਰੀਏ ਇਸ ਵਾਰ ਪੇਪਰ ਤੁਹਾਨੂੰ ਪਤਾ ਵੀ ਆਫਲਾਈਨ ਆ ਗਏ ਕਿਵੇਂ ਲੱਗਦਾ ਮਾਹੌਲ ਸਹਿਮ ਜੇ ਕਿਵੇਂ ਸ਼ਕਤੀ ਮਿਲੇ ਇਹ ਜੀ ਦੋ ਘੰਟਿਆਂ ਵਾਸਤੇ ਵੀ ਤੁਸੀਂ ਕੋਈ ਤਿੰਨ ਚੀਜ਼ਾਂ ਕਰ ਸਕਦੇ ਹੋ ਤਾਂ ਤੁਸੀਂ ਕੀ ਕਰੋਗੇ ਸ਼ਕਤੀ ਮਿਲੀ ਹੈ ਤੈਨੂੰ ਸ਼ਕਤੀ ਦਾ ਫਾਇਦਾ ਤਾਂ ਠਾਲਾ ਹੈ ਚੱਲ ਕੋਈ ਗੱਲ ਨਹੀਂ ਅਤੇ ਆਹ ਕੁੜੀ ਨੂੰ ਪੁੱਛਦੇ ਆਪਾਂ ਜੇ ਤੁਹਾਨੂੰ ਕੋਈ ਸ਼ਕਤੀ ਮਿਲੇ ਸੋਚਦੀ ਹੈ ਵੀ ਸ਼ਕਤੀ ਮਿਲੂ ਜਾਂ ਨਾ ਸਭ ਤੋਂ ਪਹਿਲਾਂ ਤਾਂ ਇਹ ਵੀਰੇ ਮੈਂ ਮਤਲਬ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਸਾਰਿਆਂ ਦੀ ਹੈਲਪ ਕਰੂੰਗੀ ਅਤੇ ਉਸ ਤੋਂ ਬਾਅਦ ਮਤਲਬ ਜੇ ਕੋਈ ਮਤਲਬ ਕੁੜੀਆਂ ਨੂੰ ਤੰਗ ਵਗੈਰਾ ਕਰਦਾ ਹੋਊਗਾ ਜੀ ਉਹਨਾਂ ਦੀ ਉਹ ਕਰੂੰਗੀ ਜੀ ਉਹਨਾਂ ਦੀ ਉਹ ਰੱਖਿਆ ਰੱਖਿਆ ਬੋਲ ਦੇਣਾ ਫਿਰ ਮਤਲਬ ਅੱਜ ਕੱਲ ਬਹੁਤ ਕੁੜੀਆਂ ਨੂੰ ਉਹ ਵੀ ਕਿਤੇ ਇਕੱਲੀਆਂ ਜਾ ਨਹੀਂ ਸਕਦੀਆਂ ਹੈਗੀਆਂ ਮਤਲਬ ਜਿਵੇਂ ਵੀ ਕੁੜੀਆਂ ਨੂੰ ਰੋਕ ਟੋਕ ਲਾ ਦਿੰਦੇ ਆ ਵੀ ਇੱਥੇ ਨੀ ਜਾਣਾ ਉੱਥੇ ਨੀ ਜਾਣਾ ਵੀ ਅੱਜ ਕੱਲ ਦਾ ਮਾਹੌਲ ਠੀਕ ਨਹੀਂ ਹੈਗਾ ਤਾਂ ਕਰਕੇ ਵੀ ਮਤਲਬ ਉਹ ਕਰਾਂਗੇ ਵੀ ਨਹੀਂ ਇੱਦਾਂ ਦਾ ਕੁਛ ਵੀ ਨਹੀਂ ਹੈਗਾ ਵੀ ਕੁੜੀਆਂ ਨੂੰ ਸਾਰਿਆਂ ਦੇ ਬਰਾਬਰ ਸਮਝਣਾ ਚਾਹੀਦਾ ਜੀ ਕਿਆ ਬਾਤ ਹੈ ਬਹੁਤ ਸੋਹਣਾ ਆਪਾਂ ਕਹਿ ਦੇ ਵੀ ਕੁੜੀ ਨੇ ਇੱਕ ਉਹਨੂੰ ਕੀ ਕਹਿੰਦੇ ਨੇ ਸੰਦੇਸ਼ ਵੀ ਬਹੁਤ ਸੋਹਣਾ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਸੁਆਹ ਕੁੜੀ ਨਾਲ ਕਰਦੇ ਹਾਂ ਗੱਲਬਾਤ ਅਤੇ ਜੇ ਵੀਰੇ ਨਾ ਤੁਹਾਨੂੰ ਸਕੂਲ ਦਾ ਪ੍ਰਿੰਸੀਪਲ ਬਣਾ ਦਿੱਤਾ ਜਾਵੇ ਤਾਂ ਤੁਸੀਂ ਸਕੂਲ ਦਾ ਕਹਿ ਕੇ ਕਾਲਜ ਦਾ ਸੋਰੀ ਤੁਹਾਨੂੰ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤੇ ਵੀ ਤੁਸੀਂ ਅੱਜ ਦੇ ਲਈ ਪ੍ਰਿੰਸੀਪਲ ਹੋ ਤਾਂ ਤੁਸੀਂ ਮਤਲਬ ਕਾਲਜ 'ਚ ਕਿਹੜੀ ਕਿਹੜੀ ਲਾਗੂ ਕਰਦੇ ਹੋ ਵੀ ਆ ਚੱਲਣ ਤੋਂ ਜਿਹੜਾ ਚੱਲਦਾ ਹੈ ਐਵੇਂ ਤਾਂ ਨਹੀਂ ਮਤਲਬ ਕਿ ਸੋਚ ਸਮਝ ਕੇ ਫੈਸਲੇ ਲਏ ਜਾਂਦੇ ਨੇ ਕਿ ਕਾਲਜ ਵਾਸਤੇ ਵੀ
ਮਤਲਬ ਕਿ ਜੇ ਆਪਾਂ ਲਈਏ ਵੀ ਮਤਲਬ ਇੱਕ ਦਿਨ ਲਈ ਬਣਾ ਵੀ ਦਿੱਤਾ ਜਾਵੇ ਤਾਂ ਪਹਿਲਾਂ ਤਾਂ ਮਤਲਬ ਕਿ ਜਿਹੜਾ ਸਿਸਟਮ ਆ ਕਾਲਜ ਦਾ ਵੀ ਕਿੱਦਾਂ ਦਾ ਹੋਣਾ ਚਾਹੀਦਾ ਗਾ ਵੀ ਮਤਲਬ ਕਲਾਸਿਸ ਵਗੈਰਾ ਹੈ ਨਾ ਵੀ ਕਿਸ ਚੀਜ਼ ਦੀ ਸਟੂਡੈਂਟ ਨੂੰ ਜ਼ਰੂਰਤ ਹੈ ਉੱਦਾਂ ਦਾ ਮਤਲਬ ਕਿ ਕੰਮ ਕਰਾਂਗੇ ਆਪਾਂ ਵੀ ਸਟੂਡੈਂਟ ਵਗੈਰਾ ਨੂੰ ਪੁੱਛਾਂਗੇ ਵੀ ਤੁਹਾਨੂੰ ਕਿਸ ਟਾਈਪ ਵੀ ਕੀ ਚਾਹੀਦਾ ਗਾ ਕਾਲਜ 'ਚ ਉੱਦਾਂ ਦਾ ਸਿਸਟਮ ਬਣਾਵਾਂਗੇ ਅੱਛਾ ਉਹ ਨਹੀਂ ਤਾਂ ਵੀਡੀਓ ਪਾ ਬਾਲੀਆਂ ਸਿਆਣੀਆਂ ਕੁੜੀਆਂ ਨੇ ਕਬੀਲਦਾਰ ਜੀ ਨੇ ਜਿਹੜੀ ਇੱਕ ਕਬੀਲਦਾਰ ਵਾਂਗੂ ਗੱਲ ਕਰਦੇ ਵੀ ਭਾਈ ਉਹ ਪੜ੍ਹ ਲਿਆ ਕਰੋ ਮੋਟੀਵੇਟ ਕਰੋਗੇ ਜੇ ਕਿਸੇ ਸਟੂਡੈਂਟ ਦੀ ਮੰਗ ਆਈ ਵੀ ਯਾਰ ਅਸੀਂ ਪਰਚੀ ਪੁਰਚੀ ਚਲਾ ਲਿਆ ਕਰੀਏ ਯਾਰ ਚਲਾ ਲਿਆ ਕਰੀਏ ਯਾਰ ਨਹੀਂ ਸੋਰੀ ਸਾਰਾ ਪਰਚੀਆਂ ਦਾ ਪਤਾ ਨਹੀਂ ਹੈਗਾ ਮਤਲਬ ਕਿ ਏਦਾਂ ਹੀ ਕਹਾਂਗੇ ਵੀ ਯਾਦ ਕਰੋ ਆਪਣਾ ਮਤਲਬ ਕਿ ਐਮਰਜੈਂਸੀ ਵਰਤ ਸਕਦੇ ਹਾਂ ਅੱਛਾ ਐਮਰਜੈਂਸੀ ਵਰਤ ਸਕਦੇ ਹੋ ਸੋ ਇੱਦਾਂ ਦੇ ਪ੍ਰਿੰਸੀਪਲ ਦੀ ਮੈਨੂੰ ਲੱਗਦਾ ਸਾਨੂੰ ਲੋੜ ਹੈ ਸੋ ਆਹ ਕੁੜੀਆਂ ਕਰਦਾ ਗੱਲਬਾਤ ਤੁਸੀਂ ਦੱਸਿਓ ਤੁਹਾਨੂੰ ਤਿੰਨ ਸ਼ਕਤੀਆਂ ਦੇ ਦੀਆਂ ਇਹੋ ਜਿਹੀਆਂ ਮਤਲਬ ਤੁਹਾਨੂੰ ਸ਼ਕਤੀ ਮਿਲ ਗਈ ਵੀ ਤੁਸੀਂ ਤਿੰਨ ਚੀਜ਼ਾਂ ਕਰ ਸਕਦੇ ਹੋ ਤਾਂ ਤੁਸੀਂ ਕਿਹੜੀਆਂ ਤਿੰਨ ਚੀਜ਼ਾਂ ਕਰੋਗੇ ਪਤਾ ਨਹੀਂ ਮੈਨੂੰ ਤਾਂ ਸ਼ਕਤੀ ਮਿਲੀ ਤੈਨੂੰ ਰੋਕ ਤਾਂ ਮਾਰ ਦੇ ਪਹਿਲਾਂ ਮੈਨੂੰ ਸਾਰੀਆਂ ਗੁੱਡੀ ਅਗਾ ਦੂੰ ਇਹਨੂੰ ਪੜ ਕੇ ਗੁੱਤ ਉੱਪਰ ਚੱਕਦੇ ਕਰੀਆਂ ਨਾ ਐਵੇਂ ਨਹੀਂ ਮਤਲਬ ਵੀ ਕੀ ਕਹਾਂ ਕੁਛ ਸਮਝ ਨਹੀਂ ਆ ਰਿਹਾ ਮੈਨੂੰ ਡਰ ਲੱਗਦਾ ਅੱਜ ਮੈਨੂੰ ਕੁੱਟਣਗੇ ਕਟਵਾਏਗਾ ਵੀ ਦੇ ਤੂੰ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਆਹ ਕੁੜੀ ਪੁੱਛਦੇ ਆ ਜੇ ਸਪੋਜ਼ ਕਰੋ ਤੁਸੀਂ ਵੀ ਤੁਸੀਂ ਵੀ ਮਤਲਬ ਐਜ਼ ਆ ਪ੍ਰਿੰਸੀਪਲ ਮੰਨ ਕੇ ਚੱਲੋ ਤੁਸੀਂ ਉਰੇ ਲੱਗ ਗਏ ਠੀਕ ਹੈ ਤਾਂ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਕਾਲਜ ਨੂੰ ਵਿੱਚ ਕਰੋਗੇ ਵੀ ਯਾਰ ਆਹ ਚੀਜ਼ਾਂ ਦੀ ਲੋੜ ਹੈ ਕਾਲਜ ਵਿੱਚ ਪਹਿਲਾਂ ਤਾਂ ਆਪਣੇ ਦਰਖਤ ਬਹੁਤ ਟੁੱਟੇ ਪਏ ਨੇ ਕਾਲਜ 'ਚ ਦਰਖਤ ਹੀ ਚੁਕਾਉਣੇ ਨੇ ਠੀਕ ਆ ਦੂਜੇ ਸਫਾਈ ਹਾਂ ਪੁਆਇੰਟ ਸਫਾਈ ਕਰਾਉਣੀ ਆ ਅਤੇ ਦੂਜਾ ਜਿਹੜਾ ਕਲਾਸਾਂ ਬਹੁਤ ਘੱਟ ਲੱਗਦੇ ਨੇ ਕਈ ਵਾਰ ਵਧੀਆ ਲੱਗਦੀਆਂ ਨੇਗੀਆਂ ਪਰ ਕਾਫੀ ਵਾਰ ਬਹੁਤ ਘੱਟ ਲੱਗਦੀਆਂ ਨੇ ਉਹ ਆਪਾਂ ਕਲਾਸਾਂ ਕਲੂਸਾਂ ਲਗਾਵਾਂਗੇ ਠੀਕ ਆ ਅਤੇ ਬਸ ਬਾਕੀ ਬਾਅਦ 'ਚ ਬਣ ਤਾਂ ਜਾਈਏ ਫਿਰ ਕਰਾਂਗੇ ਤੁਸੀਂ ਐਵੇਂ ਦੇਖੋ ਵੀ ਸਪੋਜ਼ ਕਰ ਲਓ ਤੁਸੀਂ 2 ਮਿੰਟਾਂ ਵਾਸਤੇ ਪੂਰਾ ਤਕੜਾ ਭਾਸ਼ਣ ਦੇਣਾ ਵੀ ਐਂ ਲੱਗੇ ਵੀ ਅੱਖਾਂ 'ਚ ਰੋਣ ਕੱਢਦੇ ਕੁੜੀਆਂ ਨੇ ਵੀ ਕਿਆ ਬਾਤ ਆ ਯਾਰ ਇਹ ਤਾਂ ਦੇਵੀ ਮਾਤਾ ਦੇਣਾ ਹੁਣ ਜਾਂ ਤੁਸੀਂ ਐਂ ਚਲੋ ਉਹਨੂੰ ਵੀ ਛੱਡੋ ਤੁਸੀਂ ਵਿਆਹ ਬਾਰੇ ਦੱਸੋ ਵੀ ਵਿਆਹ ਕਰਾ ਕੇ ਮੈਂ ਕੀ ਦੱਸ ਖੱਟਿਆ ਉਹ ਦੱਸੋ ਬਹੁਤ ਕੁਛ ਖੱਟਿਆ ਉਹ ਚੀਜ਼ਾਂ 2 ਦੱਸ ਵੀ ਵਿਆਹ ਕਰਾਉਣ ਦੇ ਆਹ ਫਾਇਦੇ ਨੇ ਭਾਈ ਅਤੇ ਆਹ ਨੁਕਸਾਨ ਆ ਮਤਲਬ ਕਿ ਵੀ ਹਸਬੈਂਡ ਵਧੀਆ ਹੋਣਾ ਚਾਹੀਦਾ ਘਰ ਦੇ ਵਧੀਆ ਹੋਣਾ ਚਾਹੀਦਾ ਅਤੇ ਆਪ ਵੀ ਖੁਦ ਵਧੀਆ ਹੋਣਾ ਚਾਹੀਦਾ ਜੇ ਆਪਾਂ ਦੋਨੋਂ ਚੀਜ਼ਾਂ ਆਪਾਂ ਕਹਾਂਗੇ ਵੀ ਆਪਾਂ ਵਧੀਆ ਪਰ ਉਹ ਨਹੀਂ ਵਧੀਆ ਹੈ ਨਾ ਤਾਂ ਐਵੇਂ ਵੀ ਨਹੀਂ ਚੱਲਦਾ ਦੋਨੋਂ ਚੀਜ਼ਾਂ ਨਾਲ ਮਤਲਬ ਕਿ ਅੰਡਰਸਟੈਂਡਿੰਗ ਹੋਣੀ ਚਾਹੀਦੀ ਬੰਦੇ ਦੇ ਵਿੱਚ ਜੇ ਆਪਾਂ ਅੰਡਰਸਟੈਂਡ ਕਰਾਂਗੇ ਤਾਂ ਸਮਝ ਸਕਦੇ ਹਾਂ ਹਰ ਇੱਕ ਗੱਲ ਨੂੰ ਤਾਂ ਫਿਰ ਵਧੀਆ ਸਟੈਂਡ ਬਣਿਆ ਰਹੂਗਾ ਲਾਈਫ ਦਾ ਇਹਨਾਂ ਨੂੰ ਕਹੋ ਵੀ ਯਾਰ ਵਿਆਹ ਕਰਾਉਣ ਦੇ ਆਹ ਫਾਇਦੇ ਨੇ ਉਹ ਕਰਾ ਲਓ ਵਿਆਹ ਇਹ ਤਾਂ ਖੁਦ ਕਹਿੰਦੇ ਨੇ ਵੀ ਅਸੀਂ ਕਰਾਉਣਾ ਕਿਹਦੇ ਨਾਲ ਓਬਵੀਅਸਲੀ ਮਤਲਬ ਕਿ ਵੀ ਮੇਲ ਨਾਲ ਹੀ ਕਰਾਉਣਗੇ ਸਾਰੇ ਮੇਲ ਨਾਲ ਉਹ ਮੇਲ ਨਾਲ ਹੀ ਹੋ ਗਿਆ ਵਿਆਹ ਤਾਂ ਹਾਂ ਫਿਰ ਮਤਲਬ ਕਿ ਮੇਲ ਨਾਲ ਹੀ ਕਰਾਉਣਗੇ ਮਤਲਬ ਕਿ ਜੇ ਵੀ ਕੋਈ ਵਧੀਆ ਇਨਸਾਨ ਮਿਲੇ ਇੱਦਾਂ ਦਾ ਵੀ ਜਿਹਦੇ ਨਾਲ ਇਹਨਾਂ ਦੀ ਅੰਡਰਸਟੈਂਡਿੰਗ ਵਧੀਆ ਬਣੀ ਰਹੇ ਕਦੇ ਸੱਸ ਨੂੰ ਦਾ ਪੇਚਾ ਪਿਆ ਨਹੀਂ ਕਦੇ ਵੀ ਨਹੀਂ ਨਹੀਂ ਕਾਟੀ ਕੁਟੀ ਪਈ ਹੋਵੇ ਜਮ੍ਹਾਂ ਵੀ ਨਹੀਂ ਕੁਛ ਨਹੀਂ ਪਿਆ ਫੀਲ ਨਹੀਂ ਹੋਣ ਦਿੰਦੇ ਇੱਦਾਂ ਦਾ ਵੀ ਮੈਂ ਮਤਲਬ ਕਿ ਵੀ ਉਹਨਾਂ ਕੋਲ ਐਜ਼ ਆ ਨੂੰ ਰਹਿ ਰਹੀ ਹਾਂ ਵੀ ਬੇਟੀ ਦੀ ਤਰ੍ਹਾਂ ਰੱਖਦੇ ਬਿਲਕੁਲ ਮਤਲਬ ਅੱਜ ਦੀ ਆਪਾਂ ਕਹਿੰਦੇ ਵੀ ਨੂੰ ਵੀ ਵਧੀਆ ਸਾਸੀ ਵਧੀਆ ਮਤਲਬ ਸੋਚਦੇ ਨੇ ਵੀ ਯਾਰ ਆਪਾਂ ਆਹ ਕੰਮ ਜਾਂ ਨਹੀਂ ਕਰਨਾ ਵੀ ਕੱਪ ਕੱਪੜੇ ਧੋ ਦੇ ਮੈਂ ਵਗ ਜੂੰ ਮਰ ਜੂੰ ਮੈਂ ਐਦਾਂ ਨਹੀਂ ਕਰਦੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਬਸ ਹੁਣ ਸਾਰੀਆਂ ਚੀਜ਼ਾਂ ਮਤਲਬ ਕਿ ਵੀ ਇੱਦਾਂ ਦਾ ਹੀ ਹੋਣੀ ਵੀ ਜ਼ਿਆਦਾ ਪ੍ਰੈਸ਼ਰ ਪੈਂਦਾ ਕੰਮਾਂ ਦਾ ਸਾਰਾ ਵਧੀਆ ਹੋ ਜਾਂਦਾ ਗਾ ਠੀਕ ਆ ਓਵਰਆਲ ਲਾਈਫ ਵਧੀਆ ਵਿਆਹ ਤੋਂ ਬਾਅਦ ਹਾਂ ਬਹੁਤ ਵਧੀਆ ਵਿਆਹ ਤੋਂ ਪਹਿਲਾਂ ਕਿਵੇਂ ਸੋਚਣੀ ਇੱਦਾਂ ਦੀ ਕਰਨੀ ਪੈਂਦੀ ਵੀ ਵਧੀਆ ਬਣਾਉਣਾ ਚਾਹੀਦਾ ਅਤੇ ਕੰਮ ਵੀ ਉੱਦਾਂ ਦੇ ਕਰਨੇ ਪੈਂਦੇ ਨੇ ਵੀ ਵਧੀਆ ਚੱਲੇ ਜੇ ਹੁਣ ਐਵੇਂ ਕਹਾਂਗੇ ਵੀ ਆਪਾਂ ਵੀ ਨੈਗੇਟਿਵ ਪਾਸੇ ਸੋਚੀ ਜਾਵਾਂਗੇ ਤਾਂ ਨੈਗੇਟਿਵ ਵੀ ਬਹੁਤ ਨੇ ਜੇ ਪੋਜ਼ਿਟਿਵ ਸੋਚਾਂਗੇ ਤਾਂ ਪੋਜ਼ਿਟਿਵ ਵੀ ਬਹੁਤ ਨੇ ਕਹਿਣ ਵਾਲੀ ਗੱਲ ਆ ਬਈ ਸਤਿਗੁਰੂ ਜੀ ਮਾਣ ਵਾਲੀ ਗੱਲ ਹੈ ਕੁੜੀ ਤੁਹਾਡੀ ਕੁੜੀ ਸੱਚ ਸੋਰੀ ਵਾਈਫ ਤੁਹਾਡੀ ਬਹੁਤ ਜਾਣੀ ਹੈ ਸੋ ਬਹੁਤ ਬਹੁਤ ਧੰਨਵਾਦ ਇਹ ਆਪਾਂ ਇੱਧਰ ਬਾਈ ਨੂੰ ਪੁੱਛਦੇ ਹਾਂ ਬਾਈ ਤੇਰਾ ਕੀ ਖਿਆਲ ਹੈ ਵਿਆਹ ਬਾਰੇ ਦੇਖੀ ਆਪਾਂ ਵਿਆਹ ਬਾਰੇ ਅਜੇ ਤਾਂ ਕੁਛ ਨਹੀਂ ਸੋਚਿਆ ਮੈਂ ਅਜੇ ਤਾਂ ਕਰੀਅਰ 'ਤੇ ਧਿਆਨ ਹੈਗਾ ਸਾਰਾ ਕਰੀਅਰ 'ਤੇ ਧਿਆਨ ਹੈ ਊਂ ਮਤਲਬ ਦੇਖੋ ਇੱਕ ਨਾ ਇੱਦਾਂ ਤਾਂ ਇਹ ਜਾਊਗੀ ਵੀ ਜਦੋਂ ਤੁਹਾਨੂੰ ਵਿਆਹ ਕਰਾਉਣਾ ਪਊਗਾ ਤਾਂ ਤੂੰ ਕਿੱਦਾਂ ਦੀ ਸੋਚ ਮੇਰੀ ਜੇ ਜਿਹਦੇ ਨਾਲ ਮੇਰਾ ਵਿਆਹ ਹੋਵੇ ਯਾਰ ਕੁੜੀ ਇੱਦਾਂ ਦੀ ਤਾਂ ਹੋਵੇ ਉਹ ਵਧੀਆ ਹੋਵੇ ਮਤਲਬ ਸੂਟਾਂ ਜੀ ਹੋਵੇ ਜ਼ਿਆਦਾਤਰ ਜੀਨ ਵਗੈਰਾ ਅੱਛੇ ਲੱਗਦੇ ਹੁੰਦੇ ਜੀਨ ਪਸੰਦ ਨਹੀਂ ਇਹ ਕੁੜੀਆਂ ਕਹਿੰਦੀ ਤੁਸੀਂ ਸ਼ੋਰਟ ਵਾਲੀ ਲੈ ਕੇ ਆਇਓ ਮਾਣਾ ਜੀ ਮਤਲਬ ਤੈਂ ਸੂਟ ਵਾਲੀ ਕੁੜੀ ਲੈ ਕੇ ਆਉਂ ਯੈਸ ਅੱਛਾ ਬਾਈ ਤੂੰ ਕੀ ਸੋਚਦਾ ਕਾਹਦੇ ਬਾਰੇ ਵੀ ਮਤਲਬ ਜਿਹੜੀ ਤੇਰੇ ਨਾਲ ਕੁੜੀ ਆ ਵੀ ਕੁੜੀ ਕਿੱਦਾਂ ਦੀ ਹੋਵੇ ਯਾਰ ਕੁੜੀ ਵਧੀਆ ਹੋਵੇ ਸਿੰਪਲ ਹੋਵੇ ਨਾ ਅਤੇ ਮਤਲਬ ਆਪਦੇ ਦੀਨ ਮਾਨ 'ਚ ਹੋਵੇ ਨਾ ਜਿਵੇਂ ਕਿਸੇ ਮੁਸਲਮਾਨ ਤਾਂ ਮਤਲਬ ਕੁਰਾਨ ਸ਼ਰੀਫ ਪੜ੍ਹਨੀ ਆਉਂਦੀ ਹੋਵੇ ਨਾ ਵਧੀਆ ਅਤੇ ਘਰਦਿਆਂ ਰਿਸਪੈਕਟ ਕਰਦੀ ਹੋਵੇ ਬਾਕੀ ਖਾਣ ਦੇ ਫੁੱਲ ਸ਼ੌਕੀਨ ਆਪਾਂ ਨਾ ਵਧੀਆ ਬਣਾਉਣਾ ਆਉਂਦਾ ਹੋਵੇ ਚਟਪਟਾ ਡੇਲੀ ਪਰੌਂਠੇ ਵਗੈਰਾ ਕੁਛ ਕਦੇ ਕੁਛ ਨਵਾਂ ਨਵਾਂ ਖਾਇਆ ਕਰੀਏ ਵਿਆਹ ਕਰਾਉਣ ਦਾ ਜੀ ਕਰਦਾ ਵੀ ਯਾਰ ਕਰਾ ਹੀ ਲੈਂਦੇ ਨਾ ਯਾਰ ਹਾਲੇ ਤਾਂ ਘਰ ਦੇ ਕੁਲਚੇ ਬਰਗਰ ਪ੍ਰੋਵਾਈਡ ਕਰਾ ਦਿੰਦੇ ਨੇ ਅਤੇ ਬਾਅਦ 'ਚ ਜ਼ਰੂਰ ਕਰਾਵਾਂਗੇ ਹਾਂ ਅਤੇ ਘਰ ਦੇ ਵੈਸੇ ਕਹਿੰਦੇ ਵੀ ਨੇਗੇ ਅਤੇ 2-3 ਸਾਲ ਹਾਲੇ ਕੋਈ ਮਤਲਬ ਇਰਾਦਾ ਨਹੀਂ ਹੈਗਾ ਵੀ ਵਧੀਆ ਸੈਟਲਮੈਂਟ ਹੋ ਜਾਏ ਨਾ ਆਪਦੀ ਲਾਈਫ 'ਚ ਤਾਂ ਉਸ ਤੋਂ ਬਾਅਦ ਪਰ ਕਰਵਾਵਾਂਗੇ ਜ਼ਰੂਰ
ਬੁਲਾਵਾਂਗੇ ਸਾਨੂੰ ਵੀ ਕੋਈ ਚੱਕਰ ਨਹੀਂ। थैंक यू भाई। सो ये ग्रुप ने तुम रौनका किदा लगिया कमेंट करके जरूर दस्यो। तो वीडियो जो वधिया लगी तो वीडियो लाइक करो यार, शेयर करो, इन्हां दे कमेंट जरूर कर दिया करो। तो थैंक यू सो मच।